ਤੇ ਰੁਕ ਕਰਕੇ ਮੋਹਾਲੀ ਮੋਰਚੇ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮੋਰਚਾ ਲੱਗਿਆ ਉੱਥੇ ਧਾਮੀ ਸਾਹਿਬ ਪਹੁੰਚੇ ਸੀ ਪਰ ਉਹਨਾਂ ਦੀ ਗੱਡੀ ਦੇ ਕਹਿੰਦੇ ਸ਼ੀਸ਼ੇ ਤੋੜ ਦਿੱਤੇ ਗਏ। ਨਹੀਂ ਦੇਖੋ ਮਾੜੀ ਗੱਲ ਹੈ ਜੀ ਜੋ ਹੋ ਰਿਹਾ। ਜੀ ਖੈਰ ਤੁਹਾਨੂੰ ਪਤਾ ਹੀ ਹੋਏਗਾ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਤੇ YPS ਚੌਂਕ ਦੇ ਕੋਲ ਉੱਥੇ ਚੱਲ ਰਿਹਾ ਹੈ ਮੋਰਚਾ। ਜੀ ਮੇਰੇ ਖਿਆਲ ਨਾਲ 7 ਜਨਵਰੀ ਨੂੰ ਲੱਗਾ ਸੀ ਜੇ ਮੈਂ ਭੁੱਲਦਾ ਨਹੀਂ ਆ ਤਾਂ ਤਕਰੀਬਨ 2 ਹਫ਼ਤੇ ਹੋ ਗਏ ਨੇ। ਅੱਜ ਇਹ ਗਏ ਜੇ ਤੇ ਉੱਥੇ ਮਤਲਬ ਕਿ ਕੁਛ ਹਾਜ਼ਰੀ ਭਰੀ, ਉਸ ਤੋਂ ਬਾਅਦ ਥੋੜੀ ਤਲਖੀ ਸੀ, ਕੁਛ ਸਵਾਲਾਤ ਸਨ, ਮਤਲਬ ਕਿ ਜਿੱਦਾਂ ਸਰੂਪ ਗਾਇਬ ਹੋਏ ਨੇ ਉਹ ਮਸਲਾ, ਕੁਛ ਹੋਰ ਚੀਜ਼ਾਂ ਖਾਸ ਤੌਰ ਤੇ ਬੇਅਦਬੀ ਬਹਿਬਲ ਉਹ ਚੀਜ਼ਾਂ ਸਾਰੀਆਂ ਆੜੇ ਆਉਂਦੀਆਂ ਨੇ ਅੱਗੇ ਆਉਂਦੀਆਂ ਨੇ। ਤਾਂ ਉਸ ਤੋਂ ਬਾਅਦ ਫਿਰ ਇਹ ਜਦੋਂ ਟੁਰਨ ਲੱਗੇ ਨੇ ਉੱਥੋਂ ਗੱਡੀ ਤੇ ਚੜ ਕੇ ਤਾਂ ਕੁਛ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਨੇ ਘੇਰ ਲਿਆ। ਇਹ ਸਗੋਂ ਉੱਤਰ ਕੇ ਤੇ ਹੇਠਾਂ ਆ ਗਏ, ਹੇਠਾਂ ਆ ਗਏ ਤੇ ਉਸ ਤੋਂ ਬਾਅਦ ਫਿਰ ਜ਼ਿਆਦਾ ਜਦੋਂ ਤਲਖੀ ਵੇਖੀ ਤੇ ਇਹ ਗੱਡੀ ਚ ਬਹਿ ਕੇ ਟੁਰ ਗਏ ਤੇ ਉਸ ਤੋਂ ਬਾਅਦ ਫਿਰ ਗੱਡੀ ਤੇ ਡੰਡੇ ਡੁੰਡੇ ਵੱਜੇ ਆ, ਸ਼ੀਸ਼ਾ ਟੁੱਟ ਗਿਆ ਤੇ ਕੁਛ ਮੀਡੀਆ ਰਿਪੋਰਟਾਂ ਇਹ ਦਾਵਾ ਕਰਦੀਆਂ ਨੇ, ਹਾਲਾਂਕਿ ਵਿਜ਼ੂਅਲ ਦੇ ਵਿੱਚ ਤੇ ਸਾਫ਼ ਨਹੀਂ ਹੈ, ਕੜਮਾਸ ਬਹੁਤ ਸੀਗਾ, ਤੇ ਕੁਛ ਮੀਡੀਆ ਰਿਪੋਰਟਾਂ ਇਹ ਕਹਿ ਰਹੀਆਂ ਜੋ ਸ਼ਾਇਦ ਗਰਾਊਂਡ ਤੋਂ ਵੀ ਸਨ, ਉਹ ਕਹਿੰਦੇ ਕਿ ਦਰਅਸਲ ਪੱਥਰਬਾਜ਼ੀ ਵੀ ਹੋਈ ਆ, ਪਥਰਾਅ ਵੀ ਕੀਤਾ ਗਿਆ। ਉਸ ਤੋਂ ਬਾਅਦ ਧਾਮੀ ਸਾਹਿਬ ਨੇ ਇਸ ਨੂੰ ਸਾਜਿਸ਼ ਵੀ ਦੱਸਿਆ, ਪ੍ਰਸ਼ਾਸਕੀ ਫੇਲਿਓਰ ਵੀ ਦੱਸਿਆ। ਅਕਾਲੀ ਦਲ ਕਹਿੰਦਾ ਕਿ ਹੋ ਸਕਦਾ ਮੋਰਚੇ ਨੂੰ ਫੇਲ ਕਰਨ ਵਾਸਤੇ ਇਹ ਸਾਰਾ ਕੁਛ ਜਿਹੜਾ ਕਿਸੇ ਨੇ ਕਰਾ ਦਿੱਤਾ ਹੋਵੇ। ਇਸ ਤੋਂ ਇਲਾਵਾ ਬਹੁਤ ਸਾਰੇ ਸਿੱਖ ਬੁੱਧੀਜੀਵੀ ਹੈ ਉਹ ਇਸ ਘਟਨਾ ਦੀ ਮੁਖਾਲਫਤ ਕਰ ਰਹੇ ਨੇ, ਨਿੰਦਿਆ ਕਰ ਰਹੇ ਨੇ ਕਿ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਮੋਰਚੇ ਵਾਲੇ ਕਹਿ ਰਹੇ ਨੇ, ਉਹਨਾਂ ਦਾ ਸਟੈਂਡਰਡ ਮੈਨੂੰ ਮਤਲਬ ਕਿ ਦੋਵੇਂ ਪਾਸੇ ਲੱਗਿਆ। ਪਹਿਲਾਂ ਕਹਿੰਦੇ ਜੀ ਬਿਨਾਂ ਬੁਲਾਏ ਆ ਗਏ, ਫਿਰ ਕਹਿੰਦੇ ਜੀ ਗਲਤ ਹੋ ਗਿਆ, ਫਿਰ ਵਿੱਚ ਉਹਨਾਂ ਨੂੰ ਡਿਫੈਂਡ ਵੀ ਕਰ ਰਹੇ ਨੇ, ਵਿੱਚ ਕਹਿੰਦੇ ਜੀ ਅਸੀਂ ਮਾਫ਼ੀ ਮੰਗ ਲਾਂਗੇ, ਵਿੱਚ ਕਹਿੰਦੇ ਜੀ ਕਿ ਇਹਨਾਂ ਨੂੰ ਆਉਣਾ ਹੀ ਨਹੀਂ ਸੀ ਚਾਹੀਦਾ, ਇਹਨਾਂ ਨੂੰ ਜਵਾਬ ਦੇਣੇ ਚਾਹੀਦੀ ਸੀ। ਵਿੱਚ ਹੀ ਕਹੀ ਜਾਂਦੇ ਨੇ ਕਿ ਦੇਖੋ ਜੀ ਗੱਲ ਇਹ ਆ ਕਿ ਅਸੀਂ ਸ਼ਨਾਖਤ ਕਰਾਂਗੇ, ਉਹਨਾਂ ਬੰਦਿਆਂ ਨੂੰ ਜਵਾਬ ਦੇ ਕਰਾਂਗੇ। ਤਾਂ ਮਤਲਬ ਕਿ ਉਹਨਾਂ ਦੀ ਗੱਲ ਜਿਹੜੀ ਹੈ ਜਿੰਨੇ ਵੀ ਬੁਲਾਰੇ ਜਾਂ ਜਿਹੜੀ PC ਹੁਣ ਤੱਕ ਮਤਲਬ ਕਿ ਅਸੀਂ ਸੁਣੀ ਪੜ੍ਹੀ ਹੈ ਉਹਦੇ ਵਿੱਚ ਉਹ ਏਦਾਂ ਲੱਗਦਾ ਕਿ ਜਿੱਦਾਂ ਗੱਲ ਨੂੰ ਉਹ ਕਵਰ ਕਰ ਨਹੀਂ ਪਾ ਰਹੇ, ਡੈਮੇਜ ਕੰਟਰੋਲ ਹੋ ਨਹੀਂ ਰਿਹਾ। ਕਿਉਂ? ਕਿਉਂਕਿ ਦੇਖੋ ਕੱਟੜ ਆਲੋਚਕ ਵੀ ਜਿਹੜੇ ਅਕਾਲੀ ਦਲ ਬਾਦਲ ਦੇ ਜਾਂ SDPC ਦੇ ਵੀ ਆਪਾਂ ਕਹਿ ਸਕਦੇ, ਖਾਸ ਤੌਰ ਤੇ SDPC ਦੇ ਤਾਂ ਨਹੀਂ, ਜੋ SDPC ਦੀ ਸੰਚਾਲਕ ਧਿਰ ਹੈ ਉਹਨਾਂ ਦੇ ਖਿਲਾਫ ਖੜੇ ਲੋਕ ਵੀ ਕਹਿੰਦੇ ਆ ਕਿ ਜੋ ਮਰਜ਼ੀ ਹੈ। ਇਹ ਇਸ ਤਰ੍ਹਾਂ ਦੀ ਇੱਕ ਘਟਨਾ ਹੈ ਜਿਸ ਘਟਨਾ ਦੇ ਨਾਲ ਨਮੋਸ਼ੀ ਵਧੀ ਵਧੀ ਹੈ, ਨਮੋਸ਼ੀ ਤਾਂ ਹੋਈ ਹੋਈ ਹੈ ਪਰ ਆਪਸ ਦੇ ਵਿੱਚ ਸਿੱਖਾਂ ਦਾ ਪਾਟਕ ਵੀ ਵਧੇਗਾ। ਜੀ 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 ਬਿਲਕੁਲ।